ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸ ਦੀ ਕੇਂਦਰ ਦੀ ਲੀਡਰਸ਼ਿਪ ਲਗਾਤਾਰ ਪੰਜਾਬ ਦੇ ਵਿੱਚ ਵਿਚਰ ਰਹੀ ਹੈ ਚਾਹੇ ਆਮ ਆਦਮੀ ਪਾਰਟੀ ਹੋਵੇ ਤਾਂ ਹੁਣ ਬੀਜੇਪੀ ਵੱਲੋਂ ਵੀ ਜਿਹੜਾ ਹੈ ਉਹ ਪੂਰੀ ਐਕਟੀਵਿਟੀ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਪਹੁੰਚ ਰਹੇ ਨੇ ਤਾਂ ਗੱਲਬਾਤ ਕਰਦੇ ਹਾਂ ਗੜ ਸ਼ੰਕਰ ਤੋਂ ਉਮੀਦਵਾਰ ਬੀਜੇਪੀ ਦੇ ਹੋਰ ਦੇਖਦੇ ਆ ਕਿ ਬੀਜੇਪੀ ਦਾ ਜੋ ਅੱਜ ਪ੍ਰਧਾਨ ਮੰਤਰੀ ਆ ਰਹੇ ਨੇ ਬੀਜੇਪੀ ਨੂੰ ਕਿੰਨੀ ਇੱਕ ਉਸ ਜੋ ਉੱਥੋ-ਉੱਥੋਂ ਸੰਬੋਧਨ ਕਰਨਗੇ ਜਾਂ ਉਸ ਦੇ ਵਿੱਚ ਜੋ ਵਿਚਾਰ ਸਾਂਝੇ ਕਰਨਗੇ ਉਸ ਦੇ ਨਾਲ ਕੀ ਮਜ਼ਬੂਤੀ ਮਿਲਦੀ ਹੈ ਬੀਜੇਪੀ ਨੂੰ ਕਿਉਂਕਿ ਇੱਕ ਦਿਨ ਦੇਖਿਆ ਜਾਵੇ ਤਾਂ ਉਹ ਵੀ ਸਮਾਂ ਸੀ ਜਦੋਂ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੁੰਦਾ ਸੀ ਭਾਜਪਾ ਦੇ ਲੀਡਰ ਜਿੱਥੇ ਵੀ ਮੀਟਿੰਗਾਂ ਜਾਂਦੇ ਸੀ ਤਾਂ ਕਿਸਾਨ ਘੇਰਾ ਪਾ ਲੈਂਦੇ ਸੀ ਹਾਲਾਂਕਿ ਬੀਜੇਪੀ ਨੇ ਉਹ ਮੁੱਦਾ ਖਤਮ ਹੀ ਕਰ ਦਿੱਤਾ ਤੇ ਨਮੀਸ਼ਾ ਜੀ ਮੇਰੇ ਨਾਲ ਨੇ ਨਮੀਸ਼ਾ ਮਹਿਤਾ ਜੀ ਕਿਵੇਂ ਦੇਖਦੇ ਹੋ ਅੱਜ ਪ੍ਰਧਾਨ ਮੰਤਰੀ ਦੀ ਫੇਰੀ ਹੈ ਪੰਜਾਬ ਦੇ ਵਿੱਚ ਪਹਿਲਾਂ ਵੀ ਹੋਈ ਸੀ ਰੱਦ ਹੋ ਗਈ ਸੀ ਅੱਜ ਦਾ ਜਿਹੜਾ ਦੌਰ ਹੈ ਕਿਵੇਂ ਦੇਖੋ ਜੀ ਲੋਕਾਂ ਦੇ ਅੰਦਰ ਬੜਾ ਪਾਰੀ ਉਤਸ਼ਾਹ ਹੈ ਕਿਉਂਕਿ ਸ਼੍ਰੀ ਨਰਿੰਦਰ ਮੋਦੀ ਜੀ ਇੱਕ ਬੜਾ ਮਜ਼ਬੂਤ ਨੇਤਾ ਨੇ નેਤਰਤਵ ਜਿਹੜਾ ਭਾਰਤ ਨੂੰ ਦੇ ਰਿਹਾ ਬੜਾ ਮਜ਼ਬੂਤ ਦੇ ਰਿਹਾ ਹੈ ਔਰ ਸਾਰਾ ਭਾਰਤ ਜਿਹੜਾ ਇੱਕ ਮਜ਼ਬੂਤ ਨੇਤਾ ਚਾਹੁੰਦਾ ਹੈ ਔਰ ਅੱਜ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਉਹਨਾਂ ਨੂੰ ਦੇਖਣ ਲਈ ਔਰ ਉਹਨਾਂ ਨੂੰ ਮਿਲਣ ਦੇ ਲਈ ਕੀ ਲੱਗਦਾ ਸਟੇਜ ਦੇ ਉੱਪਰ ਕੀ ਕੀ ਐਲਾਨ ਹੋ ਸਕਦੇ ਨਵੇਂ ਜਾਂ ਫਿਰ ਮੈਨੀਫੈਸਟੋ ਹੀ ਜਿਹੜਾ ਯ ਰਿਪੀਟ ਕੀਤਾ ਜਾਵੇਗਾ ਦੇਖੋ ਇਹਦੇ ਬਾਰੇ ਤਾਂ ਮੈਂ ਨਹੀਂ ਕਹਿ ਸਕਦੀ ਕਿ ਪ੍ਰਧਾਨ ਮੰਤਰੀ ਜੀ ਕੀ ਐਲਾਨ ਕਰਨ ਵਾਲੇ ਹੈ ਕੀ ਬੁਲਣ ਵਾਲੇ ਹੈ ਪਰ ਜੋ ਵੀ ਕਰਨਗੇ ਪੰਜਾਬ ਲਈ ਬਹੁਤ achhiyan chizaan hi kahnge ਇਹ ਮੈਨੂੰ ਪੂਰਾ ਭਰੋਸਾ ਹੈ ਜੋ ਨਾਬਤਾ ਲੱਗਾ ਹੋਇਆ ਓਬਵੀਅਸ ਹੈ ਵੀ 42500 ਕਰੋੜ ਦਾ ਜਿਹੜਾ ਪਹਿਲਾ ਪ੍ਰੋਜੈਕਟ ਲੈ ਕੇ ਆਣਾ ਸੀ ਉਹ ਤੇ ਨਹੀਂ ਹੋਣਗੇ ਤਾਂ ਹੁਣ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਸਥਿਤੀ ਬਣਾਉਣ ਦੇ ਲਈ ਕੀ ਪਲੈਨਿੰਗ ਹੋਈ ਹੈ ਕੀ ਮੀਟਿੰਗਾਂ ਹੋਈਆਂ ਜਾਂ ਕਿਵੇਂ ਦੇਖੋ ਜੀ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹਨੀ ਆ ਕਿ ਪ੍ਰਧਾਨ ਮੰਤਰੀ ਜੀ ਉਸ ਦਿਨ ਜਦੋਂ ਆਏ ਵੀ ਹੈ ਉਹਨਾਂ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਐਲਾਨ ਕਰਨਾ ਸੀ 5 ਏਕੜ ਤੱਕ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨਾ ਸੀ ਔਰ ਹਿੰਦੁਸਤਾਨ ਦੇ ਖਜ਼ਾਨੇ ਦਾ ਮਾਲਕ ਇਸ ਵੇਲੇ ਕੌਣ ਹੈ ਜਿਨ੍ਹਾਂ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਉਹ ਹੈ ਭਾਜਪਾ ਔਰ ਉਹ ਐਲਾਨ ਉਸ ਦਿਨ ਅਗਰ ਹੋ ਜਾਂਦਾ ਅੱਜ ਮੈਨੂੰ ਲੱਗਦਾ ਬਹੁਤ ਸਾਰੇ ਕਿਸਾਨਾਂ ਨੂੰ ਉਹਦੇ ਨਾਲ ਰਿਲੀਫ ਮਿਲ ਸਕਦਾ ਸੀ ਪਰ ਅੱਜ ਵੀ ਮੈਂ ਇਹੀ ਕਹਾਂਗੀ ਕਿ ਜੇਕਰ ਕਿਸਾਨਾ ਦਾ ਕੋਈ ਅਸਲੀਅਤ ਦੇ ਵਿੱਚ ਕਰਜ਼ਾ ਮਾਫ ਕਰ ਸਕਦਾ ਕਿਉਂਕਿ 10-20 ਹਜ਼ਾਰ ਕਰੋੜ ਰੁਪਏ ਮਾਫ ਕਰਨਾ ਕੇਂਦਰ ਦੀ ਸਰਕਾਰ ਲਈ ਕੋ ਬਹੁਤੀ ਵੱਡੀ ਲੰਬੀ ਚੌੜੀ ਗੱਲ ਨਹੀਂ ਤੇ ਸਾਨੂੰ ਜਿਹੜਾ ਉਹਨਾਂ ਦੇ ਮਗਰ ਲੱਗੇ ਉਹਨਾਂ ਦੇ ਉਹਨਾਂ ਤੋਂ ਫਾਇਦਾ ਲੈਣਾ ਚਾਹੀਦਾ ਪੰਜਾਬੀਆਂ ਨੂੰ ਔਰ ਅੱਜ ਇੱਕ ਮਜ਼ਬੂਤ ਨੇਤਾ ਜਿਹੜਾ ਆ ਮਿਲਿਆ ਹੈਗਾ ਭਾਰਤ ਨੂੰ ਔਰ ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਸਾਨਾਂ ਦਾ ਕਰਜ਼ਾ ਤੇ ਕਾਂਗਰਸ ਕਹਿੰਦੀ ਹੈ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਨੇ ਜਦੋਂ ਉਹਨਾਂ ਦੀ ਸਰਕਾਰ ਸੀ ਤਤਕਾਲੀਨ ਮੁੱਖ ਮੰਤਰੀ ਸੀ ਕਹਿੰਦੇ ਵੀ ਅਸੀਂ ਵੀ ਕਰਜ਼ਾ ਮਾਫ ਕੀਤਾ ਹੈ ਛੋਟੀ ਕਿਸਾਨਾਂ ਦਾ 5 ਏਕੜ ਤੱਕ ਦਾ 2 ਏਕੜ ਤੋਂ ਥੱਲੇ ਵਾਲਿਆਂ ਦਾ 2-2 ਲੱਖ ਰੁਪਏ ਅਸੀਂ ਮਾਫ ਕਰਤਾ ਉਸ ਨੂੰ ਤੁਸੀਂ ਕਿਵੇਂ ਦੇ ਦੇਉਂ ਚੋਂ ਉਹਨਾਂ ਦੇ ਵਿੱਚ ਮੁੱਦਾ ਬਣੇਗਾ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਨੇ ਜੇ ਕਰਜ਼ੇ ਮਾਫ ਕੀਤੇ ਸੀ ਕੈਪਟਨ ਅਮਰਿੰਦਰ ਤੇ ਅੱਜ ਮੋਦੀ ਨਾਲ ਖੜੇ ਹੈ ਅੱਲੀ ਗੱਲ ਤੇ ਇਹੀ ਹੈ ਕੈਪਟਨ ਅਮਰਿੰਦਰ ਨੇ ਜੇ ਕਰਜ਼ੇ ਮਾਫ ਕੀਤੇ ਹੈ ਤੇ ਕੈਪਟਨ ਅਮਰਿੰਦਰ ਅਜਮੋਦੀ ਦੇ ਨਾਲ ਖੜੇ ਹੈ ਤਾਂ ਇਹਦਾ ਮਤਲਬ ਉਹਦਾ ਫਾਇਦਾ ਜਿਹੜਾ ਹੈ ਕਿ ਇਹਨੂੰ ਮਿਲੇਗਾ ਕੈਪਟਨ ਨੂੰ ਮਿਲੇਗਾ ਤੇ ਕੈਪਟਨ ਨੂੰ ਮਿਲੇਗਾ ਤੇ ਕੈਪਟਨ ਕਿਹਨਾਂ ਦੇ ਨਾਲ ਖੜੇ ਹੈ ਮੋਦੀ ਦੇ ਨਾਲ ਖੜੇ ਹੈ ਔਰ ਦੂਸਰੀ ਗੱਲ ਜਿੱਥੇ ਤੱਕ ਇੱਕ ਕਾਨੂੰਨਾ ਦੀ ਗੱਲ ਹੈਗੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਜਦੋਂ ਕਾਨੂੰਨ ਲਾਗੂ ਕੀਤੇ ਗਏ ਉਦੋਂ ਅਕਾਲੀ ਦਲ ਇਹਨਾਂ ਦੀ ਸਹਿਯੋਗੀ ਪਾਰਟੀ ਸੀਗੀ। ਔਰ ਸਹਿਯੋਗੀ ਪਾਰਟੀ ਹੁੰਦਿਆਂ ਤੁਸੀਂ ਇਹ ਵੀ ਦੇਖਿਆ ਹੈ ਕਿ ਮੋਦੀ ਸਾਹਿਬ ਦੋ ਕੁ ਵਾਰੀ ਉਹਨਾਂ ਦਾ ਵੀਡੀਓ ਵੀ ਆਇਆ ਹੈ ਟੀਵੀ ਦੇ ਵਿੱਚ ਕਿ ਬਾਦਲ ਸਾਹਿਬ ਦੇ ਪੈਰੀਂ ਹੱਥ ਲਾ ਕੇ ਮਿਲਦੇ ਦਾ ਮਤਲਬ ਪਿਤਾ ਦੀ ਤਰ੍ਹਾਂ ਇੱਜ਼ਤ ਦਿੰਦੇ ਆ ਉਹਨਾਂ ਨੂੰ। ਜਦੋਂ ਕਾਨੂੰਨ ਆਏ ਤੇ ਇਹਨਾਂ ਨੇ ਸਾਰੇ ਟੱਬਰ ਨੇ ਬੜੀ ਵਾਵਾਹੀ ਕੀਤੀ ਉਹਨਾਂ ਕਾਨੂੰਨਾਂ ਦੀ। ਬੜਾ ਉਹਨਾਂ ਦੇ ਗੁਣ ਗਾਣ ਕੀਤੇ ਕਿ ਕਾਨੂੰਨ ਬੜੇ ਵਧੀਆ ਨੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੂੰ ਆਤੰਗਵਾਦੀ ਕਹਿਣਾ ਸ਼ੁਰੂ ਕਰ ਦਿੱਤਾ, ਕਿਸਾਨਾਂ ਨੂੰ ਬੇਵਕੂਫ ਕਹਿਣਾ ਸ਼ੁਰੂ ਕਰ ਦਿੱਤਾ। ਔਰ ਫਰ ਜਿਹੜੇ ਉਹਨਾਂ ਦੇ ਸਹਿਯੋਗੀ ਸੀਗੇ ਬੀਜੇਪੀ ਵਾਲੇ ਉਹਨਾਂ ਨੂੰ ਲੱਗਾ ਵੀ ਕਾਨੂੰਨ ਤੇ ਸਹੀ ਹੈ ਅਗਰ ਇਹਨਾਂ ਦਾ ਕੰਮ ਬੰਦਾ ਸੀ ਬਾਦਲਾਂ ਦਾ ਜਦੋਂ ਸ਼ੁਰੂ ਹੋਇਆ ਸੀ ਉਸੇ ਵੇਲੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਰੋਕ ਦੇ ਜਦੋਂ ਇਹਨਾਂ ਸਤਕਾਰ ਦਿੰਦੇ ਆ ਪ੍ਰਧਾਨ ਮੰਤਰੀ ਬਾਦਲ ਸਾਹਿਬ ਨੂੰ ਤੇ ਇਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਰੋਕਣ ਦਾ ਕੰਮ ਸੀਗਾ ਰੋਕਣ ਦੀ بجائے ਇਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਉਹਦੀ ਵਕਾਲਤ ਕੀਤੀ ਔਰ ਇੱਕ ਐਸਾ ਮਸਲਾ ਖੜਾ ਕਰਵਾ ਦਿੱਤਾ ਕਿਸਾਨਾਂ ਔਰ ਕਿਸਾਨਾਂ ਦੇ ਵਿੱਚ ਪੰਜਾਬੀਆਂ ਲਈ ਹਰਿਆਣੇ ਵਾਸੀਆਂ ਲਈ ਸਾਰੀ ਕਿਸਾਨੀ ਦੇ ਵਾਸਤੇ ਜਿਹੜਾ ਕਿ ਇੱਕ ਭਾਰਤ ਸਰਕਾਰ ਲਈ ਬਹੁਤ ਵੱਡੀ ਸਮੱਸਿਆ ਬਣ ਗਿਆ ਔਰ ਇਹਨਾਂ ਨੇ ਅਗਰ ਸਹੀ ਟਾਈਮ ਤੇ ਰੋਕਿਆ ਹੁੰਦਾ ਤੇ ਇਹ ਮੁੱਦਾ ਇਹ ਨਾ ਬੰਦਾ ਹੀ ਨਹੀਂ ਔਰ ਨਾ ਹੀ 750 ਸ਼ਹਾਤਾ ਹੁੰਦੀ ਆ ਮੈਂ ਸਮਝਦੀ ਆ ਕਿ ਇੰਨੀ ਵੱਡੀ ਜਿਹੜੀ ਮੂਰਖਤਾ ਇਹਨਾਂ ਦੀ ਰਹੀ ਉਹਦੇ ਕਰਕੇ ਸਾਰਾ ਦੁਖਾਂਤ ਹੋਇਆ ਇਹ ਪਹਿਲੇ ਮੌਕੇ ਤੇ ਰੋਕ ਸਕਦੇ ਸੀ ਔਰ ਜ਼ਿੰਮੇਵਾਰ ਵੀ ਇਸ ਚੀਜ਼ ਦੇ ਲਈ ਹੈ ਘਰ ਦਾ ਬੱਚਾ ਅਗਰ ਜਾਂ ਘਰ ਦਾ ਮੈਂਬਰ ਕੋਈ ਗਲਤ ਕੰਮ ਕਰਨ ਲੱਗਦਾ ਤਾਂ ਘਰ ਦੇ ਵੱਡਿਆਂ ਨੇ ਟੋਕਣਾ ਹੁੰਦਾ ਬਾਦਲ ਸਾਹਿਬ ਵੱਡੇ ਸੀਗੇ ਟੋਕਦੇ ਟੋਕਣ ਦੀ ਬਜਾਏ ਉਹ ਸ਼ਹਿ ਦੇ ਰਹੇ ਸੀਗੇ ਪਰ ਤੁਸੀਂ ਬੋਲੇ ਕੈਪਟਨ ਅਮਰਿੰਦਰ ਸਿੰਘ ਅੱਜ ਭਾਪੀ ਨਾਲ ਹੈ ਫਿਰ ਉਹਨਾਂ ਨੇ ਜੋ ਐਲਾਨ ਕੀਤੇ ਕਿਸਾਨਾਂ ਦੇ ਮਾਫ ਕਰ ਜੇ ਉਹਦਾ ਕਾਂਗਰਸ ਨੂੰ ਹੋਏਗਾ ਫਾਇਦਾ ਕਿਸਣਾ ਜੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ ਕਿ ਮੈਂ ਕਰਜੇ ਮਾਫ ਕਰਤੇ ਇੰਨੇ ਕਿਸਾਨਾਂ ਦੀ ਇੱਕ ਰਕਮ ਦਿੱਤੀ ਹੈ ਤਾਂ ਉਹ ਕਾਂਗਰਸ ਦੇ ਵਿੱਚ ਸੀ ਉਦੋਂ ਕਾਂਗਰਸ ਦੀ ਸਰਕਾਰ ਦੇ ਜਿਹੜੇ ਆ ਉਹ ਮੁੱਖ ਮੰਤਰੀ ਸੀ ਤਾਂ ਕਾਂਗਰਸ ਨੂੰ ਹੁਣ ਫਾਇਦਾ ਹੋਏਗਾ ਚੋਣਾਂ ਦੇ ਵਿੱਚ ਦੇਖੋ ਜੀ ਇਸ ਵੇਲੇ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਚਾਰ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਕੁਝ ਕਿਸਾਨ ਜਿਹੜੇ ਆ ਉਹ ਕਿਸੇ ਪਾਰਟੀ ਦੇ ਨਾਲ ਹੈ ਕੁਝ ਕਿਸੇ ਦੇ ਨਾਲ ਹੈ ਔਰ ਪੰਜ ਹਿੱਸਿਆਂ ਦੇ ਵਿੱਚ ਕਿਸਾਨ ਵੰਡਿਆ ਹੋਇਆ ਹੈ ਫਾਇਦਾ ਕਿਹਨੂੰ ਮਿਲੇਗਾ ਇਹ ਤਾਂ ਆਉਣ ਵਾਲੀਆਂ ਚੋਣਾਂ ਦੇ ਰਿਜ਼ਲਟ ਹੀ ਦੱਸਣਗੇ ਹਲਕਾ ਕੀ ਕਹਿ ਰਹੇ ਤੁਸੀਂ ਮੇਰਾ ਹਲਕਾ ਮੇਰੇ ਨਾਲ ਹੈ ਤੁਸੀਂ ਦੇਖਿਆ ਹੀ ਹੈ ਕਿਦਾਂ ਢੋਲ ਵਜਾ ਕੇ ਲੋਕ ਮੈਨੂੰ ਵੈਲਕਮ ਕਰ ਰਹੇ ਹੈ ਕਿਦਾਂ ਮੇਰੇ ਸਿਰ ਤੇ ਹੱਥ ਰੱਖ ਰਹੇ ਹੈ ਅਸਲ ਦੇ ਵਿੱਚ ਮੇਰੇ ਲੋਕਾਂ ਨੂੰ ਪਤਾ ਹੈ ਕਿ 5 ਸਾਲ ਇਹਨੇ ਕੁਝ ਵੀ ਨਾ ਹੋ ਕੇ ਸਾਨੂੰ ਪੁੱਛਿਆ ਸਾਡੀ ਸਾਰ ਲਈ ਹੈ ਜਿੰਨੇ ਕੁ ਜੋਗੀ ਸੀ ਕਿ ਕੰਮ ਕੀਤੇ ਮੇਰੇ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਸੀਗਾ ਔਰ ਮੇਰੇ ਲੋਗ ਇਸ ਗੱਲ ਦੀ ਮੇਰੀ ਕਦਰ ਕਰਦੇ ਆ ਅੱਜ ਮੇਰੇ ਲੋਗਾਂ ਨੂੰ ਇਹ ਸਮਝ ਆਇਆ ਕਿ ਜੇ ਕੰਮ ਕਰ ਸਕਦੀ ਹੈ ਸਾਡਾ ਤਾਂ ਇਹ ਕਰ ਸਕਦੀ ਹੈ ਬਾਕੀਆਂ ਨੇ ਵੋਟਾਂ ਲੈ ਕੇ ਫੰਡ ਲੈ ਕੇ ਵੀ ਦਰਸ਼ਨ ਨਹੀਂ ਦਿੱਤੇ ਚਾਹੇ ਆਕਾਲੀ ਦਲ ਦੇ ਉਮੀਦਵਾਰ ਜਾਹੇ ਝਾੜੂ ਦੇ ਉਮੀਦਵਾਰ ਜਿਨ੍ਹਾਂ ਤੇ ਇੰਨੇ-ਇੰਨੇ ਪੈਸੇ ਮੇਰੇ ਲੋਕਾਂ ਨੇ ਲਗਾਏ ਆਪ ਪੈਸੇ ਲਾ ਕੇ ਔਰ ਪਤਾ ਨਹੀਂ ਕੀ-ਕੀ ਕੰਮ ਕਰਕੇ ਉਹਨਾਂ ਨੇ ਇਹਨਾਂ ਨੂੰ ਜਿਤਾਇਆ ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੰਨਾ-ਇੰਨਾ ਪੈਸਾ ਦਿੱਤਾ ਇਹ ਜਿਹੜੇ ਗੱਲ ਮੈਂ ਕਵਾਂਗੀ ਕਿ ਇਹਨਾਂ ਨੇ ਕੋਈ ਖਾਸ ਉਹਨਾਂ ਨੂੰ ਪੁੱਛਿਆ ਨਹੀਂ 4.5 ਸਾਲ ਬਾਅਦ ਪੌਣੇ 5 ਸਾਲ ਬਾਅਦ ਦਰਸ਼ਨ ਦੇਣੇ ਸ਼ੁਰੂ ਕੀਤੇ ਉਹਦੇ ਨਾਲ ਮਤਲਬ ਲੋਕ ਕਾਫੀ ਨਿਰਾਸ਼ ਹੋਏ ਇਹਨਾਂ ਵੱਲੋਂ ਕੀ ਲੱਗਦਾ ਵੀ ਟੱਕਰ ਕਿਹਦੇ ਨਾਲ ਹੈ ਇਸ ਹਲਕੇ ਦੇ ਵਿੱਚ ਦੇਖੋ ਜੀ ਮੇਰੀ ਟੱਕਰ ਇਹ ਮੈਨੂੰ ਕਿਤੇ ਜਾ ਕੇ ਮਤਲਬ ਲੋਕ ਕੀ ਦੱਸਦੇ ਆ ਕਿ ਕਦੀ ਕੋਈ ਆ ਕੇ ਤੇਰੇ ਨਾਲ ਪੜਦਾ ਕਦੀ ਕੋਈ ਆ ਕੇ ਕਿਸੇ ਪਿੰਡ ਦੇ ਵਿੱਚ ਪੜਦਾ ਮੇਰਾ ਮੁਕਾਬਲਾ ਹਰ ਪਿੰਡ ਦੇ ਵਿੱਚ ਇਹਨਾਂ ਦੇ ਨਾਲ ਹੈਗਾ ਇਹਦਾ ਮਤਲਬ ਮੇਰਾ ਠੀਕ ਹੈ ਕਿੰਨੇ ਸੀਟਾਂ ਪੰਜਾਬ ਦੇ ਵਿੱਚ ਕਿੰਨੀਆਂ ਲੈ ਕੇ ਜਾਓਗੇ ਦੇਖੋ ਮੈਨੂੰ ਮੇਰੇ ਗੜ ਸ਼ੰਕਰ ਤੋਂ ਅੱਗੇ ਨਹੀਂ ਪਤਾ ਮੈਂ ਕੱਲ ਹੀ ਵੈਸੇ ਕਿਸੇ ਨਾਲ ਗੱਲ ਕਰ ਰਹੀ ਸੀ ਮੈਨੂੰ ਇਹ ਪਤਾ ਲੱਗਾ ਸਕੇ ਸਾਰਾ ਗੜ ਸ਼ੰਕਰ ਸਾਰਾ ਜਿਹੜਾ ਪਠਾਨਕੋਟ ਹੈਗਾ ਉਹ ਵੀ ਜਿੱਤ ਰਹੇ ਹੈਗੇ ਇਸ ਵੇਲੇ ਪਰ ਮੈਂ ਆਪਣੇ ਆਪ ਨੂੰ ਸੀਮਿਤ ਮੈਂ ਆਪਣੇ ਆਪ ਨੂੰ ਸੀਮਿਤ ਸਿਰਫ ਔਰ ਸਿਰਫ ਆਪਣੇ ਗੜ ਸ਼ੰਕਰ ਦੇ ਉੱਤੇ ਜਿਹੜਾ ਕੀਤਾ ਹੈ ਔਰ ਗੜ ਸ਼ੰਕਰ ਦੇ ਉੱਤੇ ਮੇਰਾ ਫੋਕਸ ਹੈ ਇਹ ਸੀਟ ਅਸੀਂ ਮੈਨੂੰ ਬੜਾ ਭਰੋਸਾ ਹੈ ਮੇਰੇ ਲੋਕਾਂ ਦੇ ਉੱਤੇ ਅਸੀਂ ਜਿੱਤਾਂਗੇ ਸੀਟ ਦੀ ਜ਼ਿੰਮੇਵਾਰੀ ਲਈ ਮੈਨੂੰ ਇਸ ਤੋਂ ਅੱਗੇ ਨਜ਼ਰ ਨਹੀਂ ਆਉਂਦਾ ਜਿੱਦਾਂ ਅਰਜੁਨ ਨੂੰ ਮੱਛੀ ਦੀ ਅੱਖ ਨਜ਼ਰ ਆਉਂਦੀ ਹੈ ਮੈਨੂੰ ਗੜਸ਼ੰਕਰ ਤੋਂ ਅੱਗੇ ਕੁਝ ਨਜ਼ਰ ਨਹੀਂ ਆਉਂਦਾ ਮੇਰੀ ਜ਼ਿੰਮੇਵਾਰੀ ਗੜਸ਼ੰਕਰ ਦੀ ਹੈ ਔਰ ਮੈਂ ਗੜਸ਼ੰਕਰ ਦੇ ਵਾਸਤੇ ਹੈ ਗਿਆ ਗੜਸ਼ੰਕਰ ਦੇ ਲਈਆਂ ਉਹਨਾਂ ਦੀ ਬੇਟੀਆਂ ਉਹਨਾਂ ਦੀ ਭੈਣਾਂ ਔਰ ਇੱਥੇ ਕੰਮ ਕਰਨਾ ਮੈਂ ਆਪਣਾ ਧਰਮ ਸਮਝਦੀ ਹਾਂ ਜੇ ਸਰਕਾਰ ਤੁਹਾਡੀ ਬਣਦੀ ਹੈ ਤਾਂ ਕਿਹੜਾ ਪੋਰਟਫੋਲੀਓ ਲੈਣਾ ਚਾਹੋਗੇ ਤੁਸੀਂ ਮੈਨੂੰ ਐਮਐਲਏ ਬਣ ਕੇ ਮੈਂ ਕੰਮ ਕਰਾਇਆ ਇਹਦੇ ਵਿੱਚ ਹੀ ਮੈਂ ਤ੍ਰਿਪਤ ਹੈਗੀ ਆ ਬਾਕੀ ਸਾਹਿਬਾਤ ਵਧਾਈਆਂ ਜੀ ਉਹਨਾਂ ਨੇ ਪਰਮਾਤਮਾ ਨੇ ਕੁਝ ਲਿਖਿਆ ਹੈ ਤਾਂ ਮੈਂ ਉਹ ਬੜਾ ਵੜ ਪਾਗੀ ਮਹਿਸੂਸ ਹੁੰਦਾ ਨਾ ਬੰਦੇ ਦਾ ਸਬਜੈਕਟ ਹੁੰਦਾ ਹੈ ਵੀ ਇਸ ਉੱਪਰ ਮੈਂ ਕੰਮ ਵਧੀਆ ਕਰ ਸਕਦਾ ਤੁਹਾਡਾ ਕੀ ਲੱਗਦਾ ਦੇਖੋ ਜੀ ਮੇਰੇ ਇਲਾਕੇ 'ਚ ਪਾਣੀ ਦੀ ਬੜੀ ਕਮੀ ਹੈ ਪਰਮਾਤਮਾ ਮਿਹਰ ਕਰੇ ਅਗਰ ਕਦੀ ਮੌਕਾ ਦੇਵੇ ਤਾਂ ਮੈਂ ਇਹ ਪਾਣੀ ਦੀ ਸਮੱਸਿਆ ਜ਼ਰੂਰ ਦੂਰ ਕਰਨਾ ਚਾਹਾਂਗੀ ਬਹੁਤ ਬਹੁਤ ਥੈਂਕ ਯੂ ਬਿਲਕੁਲ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਥੋੜੀ ਦੇਰ ਦੇ ਅੰਦਰ ਅੰਦਰ ਜਿਹੜਾ ਹੈ ਉਹ ਰੈਲੀ ਨੂੰ ਜਿਹੜਾ ਸੰਬੋਧਨ ਕਰਨਗੇ ਤੇ ਇਸ ਦੇ ਨਾਲ ਪੰਜਾਬ ਚ ਬੀਜੇਪੀ ਕੀ ਲੈ ਕੇ ਆਂਦੀ ਹੈ ਨਵਾਂ ਕਿਉਂਕਿ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਤਕਰੀਬਨ ਜਿਹੜੇ ਮੇਨ ਮੁੱਦੇ ਰੱਖੇ ਹੋਏ ਨੇ ਇੱਕ ਸਟੱਡੀ ਦੇ ਉੱਪਰ ਰੱਖਿਆ ਹੋਇਆ ਇੱਕ ਬਿਜਲੀ ਸਸਤੀ ਤੇ ਮੁਫਤ ਪਹਿਲੀਆਂ 300 ਯੂਨਟਾ ਦੇਣ ਦਾ ਇਹ ਵਾਅਦਾ ਕੀਤਾ ਜੋ ਅਕਾਲੀ ਦਲ ਵੀ ਕਰ ਚੁੱਕਿਆ ਆਮ ਆਦਮੀ ਪਾਰਟੀ ਵੀ ਕਰ ਚੁੱਕਿਆ ਤੇ ਨਾਲ ਹੀ ਕਾਂਗਰਸ ਵੀ ਕਰ ਚੁੱਕੀ ਹੈ ਤਾਂ ਹੁਣ ਪੰਜਾਬ ਦੇ ਲਈ ਕੀ ਹੋਰ ਸੌਗਾਤ ਦਿੰਦੇ ਨੇ ਮੈਨੀਫੈਸਟੋ ਦੇ ਰੂਪ ਵਿੱਚ ਜਾਂ ਫਿਰ ਵਾਅਦਿਆਂ ਦੇ ਰੂਪ ਦੇ ਵਿੱਚ ਇਹ ਥੋੜੀ ਦੇਰ ਦੇ ਵਿੱਚ ਸਭ ਦੇ ਸਾਹਮਣੇ ਆ ਜਾਵੇਗਾ। ਕੈਮਰਾ ਪਰਸਨ ਮੋਨੂ ਦੇ ਨਾਲ ਰਾਹੁਲ ਕਾਲਾ ਜਾਗਬਣੀ ਟੀਵੀ ਜਲੰਧਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।